ਸਾਲ ਬਾਅਦ ਹਾਂਜੀ ਤੇ ਜੇ ਰੋਜ਼ ਹੀ ਜੇ ਉਹਨਾਂ ਨਾ ਆਵੇ ਤੇ ਮਤਲਬ ਸੀਜ਼ਨ ਦੇ ਸੀਜ਼ਨ ਕਬੂਤਰ ਨੂੰ ਜਿਹੜਾ ਆਪਣਾ ਰੋਤਦਾ ਹੀ ਕਰਨਾ ਚਾਹੀਦਾ ਕਬੂਤਰ ਇਹ ਮਿਸਾਲ ਦੇ ਤੌਰ 'ਤੇ ਖਨੀ ਉਡਾਈਦਾ ਉਹ ਖੁਰਾਕ ਖਾਂਦਾ ਹੈ ਹਾਂਜੀ ਉਹਨੂੰ ਦਿੱਤੀ ਜਾਂਦੀ ਹੈ ਖੁਰਾਕ ਉਹਦੇ ਮੁਤਾਬਕ ਤਗੜਾ ਹੋਵੇ ਤਗੜਾ ਹੋਏਗਾ ਤੇ ਬਾਅਦ ਕਬੂਤਰ ਪਾਲ ਸੁੱਟਣੀ ਸ਼ੁਰੂ ਕਰ ਦਿੰਦੇ ਆ ਕਰੀਜ਼ ਦਾ ਮੌਸਮ ਹੋ ਜਾਂਦਾ ਕਬੂਤਰ ਕਰੀਜ਼ ਝਾੜੇ ਸਾਵਣ ਭਾਦਵੇ ਦਾ ਮੌਸਮ ਹੈ ਕਰੀਜ਼ ਦਾ ਉਹ ਜਿਹੜਾ ਹਰ ਇੱਕ ਹੋਰ ਗੱਲ ਹੈ ਅੱਛੇ ਕਬੂਤਰ ਦੀ ਅੱਛਾ ਕਬੂਤਰ 12 ਮਹੀਨੇ ਸੋਹਣਾ ਲੱਗਦਾ ਠੀਕ ਉਹ ਪਤਾ ਹੀ ਨਹੀਂ ਲੱਗਦਾ ਕਿਸ ਟਾਈਮ ਕਰੀਜ਼ ਕਰ ਲੈਂਦਾ ਸਮਝ ਗਏ ਹਾਂਜੀ ਉਹ ਸੋਹਣਾ ਹੀ ਲੱਗਦਾ ਹਰ ਟਾਈਮ ਹੀ ਅਤੇ ਬਾਅਦ ਟਾਈਮ ਹੁੰਦੇ ਉਹ ਗੰਜੇ ਹੋਏ ਹੁੰਦੇ ਨੇ ਜਨਾਬ ਉਹਨਾਂ ਪਾਰ ਸੁੱਟੇ ਹੁੰਦੇ ਨੇ ਜੀ ਖੁਰਮ ਸ਼ਾਹ ਸਾਹਿਬ ਮਿਰਜ਼ਾ ਹਸੀਬ ਸਾਹਿਬ ਦੇ ਨਾਲ ਦੁਬਾਰਾ ਜਨਾਬ ਕਨੈਕਟ ਨੈੱਟ ਕਨੈਕਸ਼ਨ ਹੋਈ ਆ ਦੁਬਾਰਾ ਰਾਬਤਾ ਬਹਾਲ ਹੋਇਆ ਪਏ ਫਿਰ ਨੈੱਟ ਦਾ ਬੜਾ ਮਸਲਾ ਕਿਉਂਕਿ ਬੜਾ ਮਜ਼ੇਦਾਰ ਪ੍ਰੋਗਰਾਮ ਚੱਲਦਾ ਪਿਆ ਲੇਕਿਨ ਨੈੱਟ ਦੀ ਸਲੋ ਸਪੀਡ ਦੀ ਵਜ੍ਹਾ ਤੋਂ ਉਹਨਾਂ ਵਿੱਚ ਰੁਕਾਵਟ ਆ ਰਹੀ ਵਾਰ ਵਾਰ ਜਿਉਂ ਜਿਉਂ ਮੇਰੇ ਕੋਲ ਦੋਸਤ ਵੱਧਦੇ ਨੇ ਅਬੂ ਬਕਰ ਆਰਿਫ ਸਾਹਿਬ ਠੀਕ ਹੋ ਗਿਆ ਸਰ ਅਸਲ ਇਹੀ ਮਸਲਾ ਮਿਸਾਲ ਦੇ ਤੌਰ 'ਤੇ ਜੇ ਸਾਡੇ ਉੱਤੇ ਤਰਜੀਹ ਦਿੱਤੀ ਹੈ ਵੇਖਿਆ ਜਾਏ ਬੰਦੇ ਨੂੰ ਸਾਥ ਦਾ ਤਾਂ ਸਮਝ ਲੱਗ ਜਾਂਦੀ ਆਪ ਹੀ ਲੱਗ ਜਾਂਦੀ ਸਮਝ ਜੀ ਵਾਹਲੇਕਮ ਅਸਲਾਮ ਸਰ ਉਹ ਸੁਣਦੇ ਨੇ ਵੀ ਸਾਦਰੀ ਸਾਰੇ ਦੋਸਤਾਂ ਨੂੰ ਵਾਹਲੇਕਮ ਅਸਲਾਮ ਦੁਬਾਰਾ ਜਨਾਬ ਦਾ ਥੋੜ੍ਹੀ ਜਿਹੀ ਨੈੱਟ ਦੀ ਸਪੀਡ ਠੀਕ ਹੁੰਦੀ ਫਿਰ ਦੁਬਾਰਾ ਤੁਹਾਨੂੰ ਕੁਦਰਤੀ ਰਾਜ ਨੇ ਮਿਸਾਲ ਇੱਧਰ ਖਤੇ ਹਾਂਜੀ ਉਹਦੀ ਤੁਸੀਂ ਹਿਸਾਬ ਲਾਓ ਕਿ ਉਹ ਕਦੋਂ ਪੱਤਝੜ ਹੁੰਦੀ ਹੈ ਇੱਕ ਟਾਈਮ ਹੁੰਦਾ ਛੀਆਂ ਮਹੀਨੇ ਦੋ ਵਾਰੀ ਕਰਦਾ ਨਹੀਂ ਅਸੀਂ ਉਸਤਾਦ ਜੀ ਇਹ ਕਹਿ ਸਕਦੇ ਹਾਂ ਕਿ ਜਿਵੇਂ ਕੁਦਰਤ ਨੇ ਇੱਕ ਟਾਈਮ ਦਾ ਹੱਦ ਦਾ ਵਕਤ ਮਖਸੂਸ ਰੱਖਿਆ ਹੈ ਅਤੇ ਕਬੂਤਰਾਂ ਦੇ ਵਿੱਚ ਇੱਕ ਟਾਈਮ ਮਖਸੂਸ ਹੈ ਉਸ ਵਕਤ ਦੇ ਵਿੱਚ ਮੌਸਮ ਦੇ ਵਿੱਚ ਕਬੂਤਰ ਭਰ ਝਾੜੇ ਤਾਂ ਉਹ ਕਬੂਤਰ ਅੱਛਾ ਹੈ ਨਹੀਂ ਉਹਦੀ ਇਹ ਅਸਲ ਵਜ੍ਹਾ ਹੈ ਕਿ ਇਹਦੇ ਬਨਿਸਬਤ ਮਿਸਾਲ ਸਮਝਾਉਣ ਵਾਸਤੇ ਬਹੁਤ ਵਧੀਆ ਦੀਵਾਰ ਦੇ ਉੱਤੇ ਇੱਟਾਂ ਲਾਈਏ ਸੀਮੈਂਟ ਲਾਈਏ ਕਿੱਟ ਵਿੱਚ ਪਿੱਲੀ ਲੱਗ ਜਾਏ ਹਾਂਜੀ ਅਤੇ ਕੀ ਹੋਏਗਾ ਬਿਲਕੁਲ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਪਿੱਲੀ ਹੈ ਹਾਂਜੀ ਇਹਨੂੰ ਨੁਕਸਾਨ ਦੇਵੇਗੀ ਦੂਸਰੇ ਸਿਲਸਿਲੇ ਨੂੰ ਆਂਢ ਗੁਆਂਢ ਨੂੰ ਹਾਂਜੀ ਇਹ ਇਹਦੀ ਵਜ੍ਹਾ ਹੋਰ ਕੀ ਵਜ੍ਹਾ ਹੋਵੇ ਕਬੂਤਰ ਉਸਤਾਦ ਜਿਹੜਾ ਖੁਸ਼ਕ ਕਬੂਤਰ ਹੋ ਜਾਂਦੇ ਨੇ ਮਤਲਬ ਬੜੇ ਹੈਵੀ ਵੇਟ ਜਾਂ ਸਾਹਤ ਕਬੂਤਰ ਹੋ ਜਾਂਦੇ ਨੇ ਉਹ ਵੀ ਕਬੂਤਰ ਪਾਉਣੇ ਚਾਹੀਦੇ ਨੇ ਜੋੜਿਆਂ 'ਚ ਕਿ ਨਹੀਂ ਅਸਲ ਗੱਲ ਇਹ ਕਬੂਤਰ ਹੀ ਸਖਤ ਜੋੜਿਆਂ 'ਚ ਪਾਉਣ ਵਾਲੇ ਕਬੂਤਰ ਨਹੀਂ ਮੇਰੀ ਗੱਲ ਨਹੀਂ ਸਮਝੇ ਉਹ ਜਿਹੜੇ ਕਬੂਤਰ ਖੁਸ਼ਕ ਹੋ ਜਾਂਦੇ ਨੇ ਮੈਂ ਬੜੇ ਦੋਸਤਾਂ ਨੂੰ ਦੇਖਿਆ ਕਬੂਤਰ ਉਹ ਡੈਡ ਹੋ ਜਾਂਦੇ ਨੇ ਹਰ ਬੰਦਾ ਤਾਂ ਨਹੀਂ ਸਮਝਦਾ ਉਹਦੀ ਇਹ ਹੁਣ ਮਸਲਾ ਇਹ ਕਿ ਉਹ ਸਮਝਾਇਆ ਨਹੀਂ ਜਾ ਸਕਦਾ ਇਹੋ ਜਿਹਾ ਵਾਸਤੇ ਜਿਹੜਾ ਬੰਦਾ ਆਪ ਸਮਝਦਾ ਨਾ ਅਸਲ ਇਹਦਾ ਜਿਹੜਾ ਕਰਾਸ ਹੈ ਨਾ ਹਾਂਜੀ ਇਹਦਾ ਕਰਾਸ ਇਹ ਨਹੀਂ ਸਿਆਲਕੋਟ ਹੀ ਅੱਛਾ ਸਿਆਲਕੋਟ ਹੀ ਕਬੂਤਰ ਦੇ ਵਿੱਚ ਬਣਦਾ ਸਿਆਲਕੋਟ ਹੀ ਕਬੂਤਰ ਅਨੈਮਲ ਦਿੰਦਾ ਦੂਸਰਾ ਕਬੂਤਰ ਅਨੈਮਲ ਨਹੀਂ ਦਿੰਦਾ ਦੋ ਵਾਰੀ ਤੁਸੀਂ ਜੋੜਾ ਲਾ ਲਓ ਕਸੂਰੀ ਕਬੂਤਰ ਹਾਂ ਉਹਦੇ ਨਾਲ ਲੱਗੇ ਜਿਹਦੇ ਵਿੱਚ ਸਿਆਲਕੋਟੀ ਕਬੂਤਰ ਪਏ ਨੇ ਫਿਰ ਉਹ ਠੀਕ ਰਹੇਗਾ ਉਸ ਤੋਂ ਬਾਅਦ ਉਹ ਵੀ ਬਰਕਰਾਰ ਨਹੀਂ ਰਹੇਗਾ ਮਸਲ ਉਹ ਵੀ ਉਸਤਾਜ ਬਣਾਉਣੇ ਪੈਂਦੇ ਨੇ ਅਗਰ ਅਸੀਂ ਸਿਆਲਕੋਟੀ ਮਾਦੀ ਜਾਂ ਸਿਆਲਕੋਟੀ ਨਾਰ ਨੂੰ ਕਸੂਰੀ ਨਾਲ ਲਾਵਾਂਗੇ ਉਹਨਾਂ ਦੇ ਪੱਠੀਆਂ ਪੱਠੇ ਤੁਸੀਂ ਟੋਕੇ ਅਗਰ ਦੂਸਰੀ ਤੁਸੀਂ ਇਹ ਚੀਜ਼ ਵੇਖਣੀ ਹੈ ਕਿ ਕਿਹੜਾ ਖੁਸ਼ਕ ਹੈ ਕਿਹੜਾ ਮਸਾਦ ਉਹਦੇ ਪਾਣੀ ਵਾਲਾ ਉਹ ਚੀਜ਼ ਨਾ ਹੋਵੇ ਤਾਂ ਫਿਰ ਬਰਕਰਾਰ ਰਹੇਗੀ ਚੀਜ਼ ਪਾਣੀ ਵੀ ਉਸਤਾਜ ਥੋੜ੍ਹੀ ਜਿਹੀ ਵਜ਼ਾਹਤ ਕਰੋ ਪਾਣੀ ਵਾਲਾ ਤੁਸੀਂ ਕਬੂਤਰ ਕਹਿ ਰਹੇ ਤੇ ਪਾਣੀ ਵਾਲਾ ਉਹਦੀ ਵਜ੍ਹਾ ਹੁੰਦੀ ਹੈ ਕਮੀ ਪਾਣੀ ਵਾਲਾ ਕਬੂਤਰ ਉੜਦਾ ਨਹੀਂ ਹੈ ਮਿਸਾਲ ਦੇ ਤੌਰ 'ਤੇ ਇੰਝ ਹਿਸਾਬ ਲਾ ਲਓ ਕਿ ਦੋ ਜਿਹੜੇ ਗੇੜੇ ਮਾਰਦਾ ਥੋੜ੍ਹੇ ਪਾਣੀ ਲੱਭਦਾ ਵਾ ਇਹਦਾ ਕਬੂਤਰ ਨੁਕਸਦਾਰ ਕਬੂਤਰ ਹੁੰਦੇ ਨੇ ਉਹਦੇ ਨਾਲ ਕਿੰਝ ਪਤਾ ਲੱਗਦਾ ਕਬੂਤਰ ਹੈ ਕਿ ਭਾਈ ਇਹ ਕਬੂਤਰ ਖਰਾਬ ਹੈ ਦੇਖੋ ਜੀ ਆਹਲਾ ਕਿਸਮ ਦਾ ਮਸਲਾ ਹੈ ਕਿ ਹੁਣ ਇਹ ਤਾਂ ਨਹੀਂ ਉਹਨਾਂ ਨੂੰ ਜਾਣਿਆ ਸਾਰਿਆ ਸਾਰਾ ਪਤਾ ਲੱਗ ਜਾਏ ਕਿਉਂਕਿ ਕਿਸੇ ਕੋਲ ਅੱਛੇ ਕਬੂਤਰ ਨੇ ਉਹ ਕੱਢਦੇ ਬੰਦਾ ਉਹਦੀ ਸਾਨੂੰ ਕਿ ਤਸ਼ਕੀਸ ਕਰਨ ਉਹਦੇ ਵਿੱਚ ਹਿਸਾਬ ਨਾਲ ਆਪਣੇ ਜੇ ਜੋੜੇ ਵਾਲੇ ਖੁੱਡੇ ਦੇ ਵਿੱਚ ਉਹਨਾਂ ਨੂੰ ਵੇਖਣ ਕਬੂਤਰਾਂ ਨੂੰ ਕਿ ਉਹਦੀ ਤਰੀਕ ਲਿਖਣ ਡੇਟ ਲਿਖਣ ਕਿ ਭਾਅ ਜੀ ਇਹ ਕਬੂਤਰ ਪਲ ਸ਼ੁਰੂ ਕੀਤਾ ਝਾੜਨਾ ਇਹ ਮਿਸਾਲ ਦੇ ਤੌਰ 'ਤੇ ਹੁਣ ਕਿੰਨੀ ਦੇਰ ਬਾਅਦ ਦਸਤੀ ਕਰਦਾ ਜੇ ਇਹਦੇ ਕੋਲ 8 ਮਹੀਨੇ ਕਰਦਾ ਉਹ ਤਾਂ ਫਿਰ ਤਾਂ ਸਹੀ ਹੈ ਅਤੇ ਜੇ ਹੁਣ 8 ਮਹੀਨੇ ਦੋ ਵਾਰੀ ਸ਼ੁਰੂ ਕਰ ਦਿੰਦਾ ਪਿੱਛੋਂ ਤਾਂ ਫਿਰ ਜ਼ਾਹਰ ਇੱਕ ਮਿਸਾਲ ਨਹੀਂ ਸਹੀ ਉਹਦਾ ਸਾਜ ਕੀ ਨੁਕਸਾਨ ਹੁੰਦਾ ਕਬੂਤਰ ਉਡਾਣ ਦੇ ਮਾਮਲੇ 'ਚ ਕਬੂਤਰ ਨੁਕਸਾਨ ਹੁੰਦਾ ਕੋਈ ਕੰਮ ਦਾ ਕਬੂਤਰ ਨਹੀਂ ਕਿਸੇ ਕੰਮ ਦਾ ਨਹੀਂ ਹੁੰਦਾ ਇਹੀ ਕਬੂਤਰ ਹਦੇੜ ਕਬੂਤਰ ਗਿਣ ਲਓ ਜਾਂ ਕਿ ਮਿਸਾਲ ਦੇ ਤੌਰ 'ਤੇ ਉਹ ਪਾਣੀ ਵਾਲੇ ਕਬੂਤਰ ਗਿਣ ਲਓ ਵੇਟ ਵਾਲਾ ਕਬੂਤਰ ਵੀ ਨਹੀਂ ਉੜਦਾ ਬਿਹਤਰੀਨ ਕਬੂਤਰ ਕਿਹੜਾ ਹੁੰਦਾ ਜਿਹੜਾ ਪੇਟ ਪੜਦਾ ਤੁਸੀਂ ਕਹਿ ਸਕਦੇ ਹੋ ਜਿਹਨੂੰ ਦੇਖੋ ਜੀ ਗੱਲ ਇਹ ਬਣਾਉਣੇ ਪੈਂਦੇ ਨੇ ਕਬੂਤਰ ਬਣਾਉਣੇ ਪੈਂਦੇ ਨੇ ਆਪਣੀ ਮਰਜ਼ੀ ਦੇ ਮੁਤਾਬਕ ਜਾਂ ਇੱਕ ਜਿਸ ਤਰ੍ਹਾਂ ਦਾ ਤਰੀਕਾਕਾਰ ਹੋਵੇ ਜਾਂ ਜਿਸ ਤਰ੍ਹਾਂ ਦੀ ਬਾਜ਼ੀਆਂ ਲੱਗਦੀਆਂ ਉਹਦੇ ਹਿਸਾਬ ਦੇ ਮੁਤਾਬਕ
ਚਲੋ ਇੱਕ ਆਈਡੀਆ ਕਿ ਜੋੜੇ ਲਾਉਣ ਦੇ ਵਿੱਚ ਇੱਕ ਨਰ ਦੇ ਕੈਸੇ ਹਿਸਾਬ ਹੋਣੇ ਚਾਹੀਦੇ, ਨਰ ਅਤੇ ਮਾਦੀ ਦੇ? ਨਹੀਂ ਅਗਾਹ ਦੇ ਮੁਤਲਕ ਤਾਂ ਨਹੀਂ ਨਾ ਦੱਸਿਆ ਜਾਂਦਾ ਕਿ ਉਹ ਮਸਾਲੇ ਆ ਸਰੰਗ ਦਾ ਹੋਵੇ ਜਾਂ ਕਲਰ ਹੋਵੇ ਜਾਂ ਪਰ ਹੋਵੇ, ਨਹੀਂ ਰੰਗ ਦਾ ਸਾਨੂੰ ਛੱਡ ਦਿੰਦੇ ਆ ਗੱਲ ਪਤਾ ਕੀ ਇਸੇ ਵਜ੍ਹਾ ਵਾਸਤੇ ਕਿ ਬਾਅਦ ਬੰਦੇ ਇੰਨਾ ਸਦਰ ਰੱਖਦੇ ਹੀ ਨਹੀਂ ਹੈ, ਸ਼ੌਰ ਹੀ ਨਹੀਂ ਰੱਖਦੇ ਕਿ ਜਿਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੋਵੇ। ਜਿਹੜੇ ਬੰਦੇ ਨੂੰ ਫਿਰ ਸ਼ੌਰ ਆ ਜਾਂਦਾ ਨਾ ਕਿ ਇਹ ਚੀਜ਼ ਦੇ ਵਿੱਚ ਕਮੀਆਂ ਨੇ ਇਹ ਦੂਰ ਕਰਨੀਆਂ ਨੇ, ਹਾਂਜੀ, ਉਹ ਫਿਰ ਆਟੋਮੈਟਿਕ ਸਹੀ ਹੋ ਜਾਂਦਾ। ਮਤਲਬ ਕਮੀ ਉਹ ਹੀ ਬੰਦਾ ਦੂਰ ਕਰ ਸਕਦਾ ਜਿਹੜਾ ਕੋਈ ਕਾਰੀਗਰ ਬੰਦਾ ਜਾਂ ਕਾਬਲ ਉਸਤਾਦ ਹੈ, ਹਰ ਬੰਦਾ ਨਹੀਂ ਇਸ ਕਾਬਲ ਹੁੰਦਾ। ਇਹ ਬਣਾਉਣ ਦਾ ਇੱਕ ਤਰੀਕਾਕਾਰ ਹੈ, ਰੋਜ਼ ਵਾਲੇ ਕਬੂਤਰ, ਡੱਕੇ ਵਾਲੇ ਕਬੂਤਰ, ਉਹਦੇ ਹਿਸਾਬ ਦੇ ਮੁਤਾਬਿਕ ਤਰੀਕਾਕਾਰ, ਉਹ ਵਿੱਚੋਂ ਹੀ ਨਿਕਲਦੇ ਆਉਂਦੇ ਨੇ। ਹਾਂਜੀ, ਬਸ ਉਹਨਾਂ ਚ ਅਗਰ ਤੁਸੀਂ ਕੁਦਰਤੀ ਅਮਰ ਹੈ ਕਿ ਮਾਦੀ ਨਾਲ ਇੱਕ ਜੈਸਾ ਨਹੀਂ ਹੋ ਸਕਦਾ, ਠੀਕ ਸਮਝ, ਜਿਸ ਵੇਲੇ ਕ੍ਰਾਸ ਪਾਇਆ ਜਾਂਦਾ ਉਦੋਂ ਇੱਕ ਜੈਸਾ ਨਹੀਂ ਹੋ ਸਕਦਾ। ਇੱਕ ਜੈਸਾ ਤੋਂ ਮੁਰਾਦ ਹੈ ਕਿ ਮਾਦੀ ਨੇ ਆਪਣਾ ਦੇਣਾ, ਨਾਲ ਨੇ ਆਪਣਾ ਦੇਣਾ, ਠੀਕ। ਨਹੀਂ ਅਗਰ ਅਸੀਂ ਜੋੜਾ ਲਾਉਂਦੇ ਹਾਂ ਕਈ ਵਾਰ ਮਾਦੀ ਆਪਣੇ ਦੋਵੇਂ ਬੱਚੇ ਲੈ ਜਾਂਦੀ ਹੈ, ਨਹੀਂ ਉਹ ਰੰਗ ਨਾਲ ਕੋਈ ਤਲਕ ਨਹੀਂ ਹੈ, ਮਿਸਾਲ ਦੇ ਤੌਰ ਤੇ ਉਹ ਮਸਲਾ ਰੰਗ ਦਾ ਨਾ, ਨਹੀਂ ਦੋ ਪੱਠੀਆਂ ਕੱਢਦੀਆਂ ਨੇ, ਦੋ ਪੱਠੇ ਨਿਕਲ ਆਉਂਦੇ ਨੇ, ਹਾਂ ਬਿਲਕੁਲ, ਜਾਂ ਕੋਈ ਜੋੜਾ ਇੱਕ ਹੁੰਦਾ ਉਹ ਮਾਦੀ ਆਪਣੇ ਦਾ ਕੱਢਦੀ ਹੈ, ਨਾਰਾ ਆਪਣੇ ਦਾ ਕੱਢਦਾ ਹੈ, ਕਿਹੜਾ ਜੋੜਾ ਅਸੀਂ ਕਹਿ ਸਕਦੇ ਹਾਂ ਕੋਈ ਬਿਹਤਰ ਹੈ? ਨਹੀਂ ਉਹਦੇ ਵਿੱਚ ਇਹ ਕਿ ਜਿਹੜਾ ਹੁਣ ਕੋਈ ਮਜ਼ਬੂਤ ਪੱਕਾ ਰੰਗ ਹੈ ਨਾ, ਅਤੇ ਹੁਣ ਕਸੂਰੀ ਕਬੂਤਰ ਨੇ, ਹਾਂਜੀ, ਇਹਨਾਂ ਦੇ ਬਾਅਦ ਵੇਖਿਆ ਜਾਏ ਤਾਂ ਇਹਨਾਂ ਦੇ ਪਿੱਛੇ ਟੁੱਟ ਜਾਈਏ ਨਾ ਅਤੇ ਛਤਰੀ ਵਾਲੇ ਕਬੂਤਰ ਨੇ, ਠੀਕ, ਅਤੇ ਜਿਹੜਾ ਬੰਦਾ ਸਮਝਦਾਰ ਹੈ ਉਹ ਲਾਲ ਇਹਦੇ ਵਿੱਚੋਂ ਕੱਢ ਦਿੰਦੇ ਨੇ, ਇੱਥੇ ਵੀ ਕੱਢ ਦਿੰਦੇ ਨੇ, ਮਤਲਬ ਜੋ ਕਿਉਂਕਿ ਇਹਨਾਂ ਦਾ ਆਪਣਾ ਰੰਗ ਕੋਈ ਨਹੀਂ, ਠੀਕ, ਰੰਗ ਜਿਹੜੇ ਫਿੱਕੇ ਨੇ ਨਾ ਕਲਰ ਉਹ ਹੀ ਕਲਰ ਨੇ, ਜੌਂਸਰ ਆਇਆ, ਕਲਸਿਰਾ ਕਬੂਤਰ ਹੋਇਆ, ਲੱਖ ਆਇਆ, ਬਾਕੀ ਆੜੇ ਕਬੂਤਰ ਚੀਨੇ ਮੀਨੇ ਕਬੂਤਰ ਨੇ, ਬਾਅਦ ਵਿੱਚ ਹੁੰਦੇ ਨੇ ਜਾ ਕੇ, ਮਸਲੇ ਤਜਰਬੇਕਾਰੀਆਂ ਦੇ ਨੇ, ਹਾਂ ਇਹ ਬਾਅਦ ਵਿੱਚ ਜਾ ਕੇ ਉਹਨੇ ਟੈਡੀ ਸਾਲ ਬਾਅਦ ਦੋ ਸਾਲਾਂ ਬਾਅਦ ਜਾ ਕੇ ਟੈਡੀ ਬਣਦਾ ਜਾਂਦੇ ਨੇ, ਇਸ ਵਜ੍ਹਾ ਵਾਸਤੇ ਕਿ ਇਹਦੇ 'ਚ ਕ੍ਰਾਸ ਨੇ ਨਾ, ਉਹ ਕ੍ਰਾਸ ਤਾਂ ਕੋਈ ਵੀ ਕਬੂਤਰ ਹੈ ਪਰ ਕਾਲਾ ਕੱਢੇਗਾ ਮਿਸਾਲ ਦੇ ਤੌਰ 'ਤੇ, ਚਿੱਟਾ ਨਹੀਂ ਕੱਢੇਗਾ, ਸਹੀ, ਚਿੱਟੀ ਦੁੰਬ ਹੋਏਗੀ ਅਤੇ ਕਾਲਾ ਸ਼ੁਰੂ ਕਰੇਗਾ ਅੱਗੇ ਕੱਢਣਾ, ਅਤੇ ਉਹ ਉੱਤੇ ਛਾਪ ਪੈਂਦੀ ਜਾਂਦੀ, ਉਸ ਹਿਸਾਬ ਨਾਲ ਕਲਰ ਹੋ ਗਿਆ ਕਬੂਤਰਾਂ ਦਾ, ਕਈਆਂ ਦੋ ਦੋ ਸਾਲ ਬਾਅਦ ਕਲਰ ਆਉਂਦਾ, ਉਹ ਬਦਰੰਗ ਕਬੂਤਰ ਨੇ। ਸਾਡਾ ਕਹਿਣ ਦਾ ਮਕਸਦ ਇਹ ਉਸਤਾਦ ਜੀ, ਅਸੀਂ ਕਹਿ ਸਕਦੇ ਕਬੂਤਰ ਰੰਗ ਸਾਹ ਜੀ, ਲੋਕਾਂ ਰੰਗ ਲਾ ਲਾ ਕੇ ਰੰਗਾਂ ਨੂੰ ਆਪਸ 'ਚ ਮਿਲਾ ਮਿਲਾ ਕੇ ਦੁਨੀਆਂ 'ਤੇ ਕਿੰਨੇ ਰੰਗ ਬਣ ਗਏ ਨੇ, ਰੰਗ ਤੇ ਬੇਸ਼ੱਕ ਸਾਥੀ ਨੇ ਨਾ। ਇੱਕ ਹੋਰ ਮਸਲਾ ਹੈ ਕਿ ਇਹਦੇ ਵਿੱਚ ਵੇਖੋ ਇਹ ਕਿ ਜਿਹੜਾ ਤੇਜ਼ ਰੰਗ ਹੈ ਨਾ, ਹਾਂਜੀ, ਤੇਜ਼ ਕਲਰ ਹੈ, ਉਹ ਕਬੂਤਰ ਨਹੀਂ ਹੈ, ਅੱਛੇ ਨਹੀਂ ਹੈ, ਤੇਜ਼ ਤੋਂ ਮੁਰਾਦ ਨੀਲੇ ਕਬੂਤਰ, ਕਾਲੇ ਮੱਗਰ, ਕਾਲੇ ਕਬੂਤਰ ਤੇ ਰੀਜਨਲ ਕਬੂਤਰ ਨੇ ਨਾ, ਠੀਕ, ਕਿਉਂਕਿ ਇਹਦੇ ਵਿੱਚ ਵੀ ਜਿਹੜੇ ਹੈ ਨੇ ਰੀਜਨਲ ਉਹ ਹੀ ਨੇ, ਦੂਸਰੇ ਆਮ ਤੇ ਕਬੂਤਰ ਨਹੀਂ ਨਾ, ਤੇਜ਼ ਕਲਰ ਦਾ ਕਬੂਤਰ ਨਹੀਂ ਅੱਛਾ, ਤੇਜ਼ ਤੋਂ ਮੁਰਾਦ ਤੇਜ਼ ਕਲਰ ਜਾਂ ਰੰਗ ਸ਼ੋਖ ਹੈ, ਬਹੁਤ ਜ਼ਿਆਦਾ ਸ਼ੋਖ ਹੈ ਤੇਜ਼ ਰੰਗ, ਅੱਖਾਂ ਤੇਜ਼ ਕਹਿ ਸਕਦੇ ਹਾਂ, ਨਹੀਂ ਅੱਖਾਂ ਨਹੀਂ ਰੰਗ ਤੇਜ਼ ਹੁੰਦਾ, ਅੱਖ ਨੂੰ ਸਾਜ ਕੀ ਤਰਜੀਹ ਦਿੰਦੇ ਕਬੂਤਰਬਾਜ਼ੀ ਦੇ ਸ਼ੌਕ ਦੇ ਵਿੱਚ ਜਿਹੜਾ ਉਹ ਜੋੜਾ ਲਾਉਣ ਦੇ ਕਰਦਾਰ ਤੋਂ? ਅੱਖ ਵੇਖੋ ਜੀ ਉਹਦੇ ਵਿੱਚ ਰਿੰਗ ਉਹ ਮਿਸਾਲ ਦੇ ਤੌਰ 'ਤੇ ਬੰਨਵੇਂ ਹੋਵੇ, ਬਿਹਤਰੀਨ ਅੱਖ ਜਿਹੜੇ ਤੁਸੀਂ ਕਹਿ ਸਕਦੇ ਕਿ ਬਈ ਲਾਜਵਾਬ ਅੱਖ ਆ ਕਬੂਤਰ, ਜਿਹੜੇ ਅੱਖ ਨੂੰ ਜੋੜੇ ਪਾਉਣਾ ਚਾਹੀਦਾ, ਅੱਖਾਂ ਤਾਂ ਸਾਰੀਆਂ ਅੱਲਾਹ ਤਾਲਾ ਪੈਦਾ ਕੀਤੀਆਂ ਨੇ, ਲੇਕਿਨ ਹਰ ਅੱਖ ਜੋੜੇ ਦੇ ਲਾਉਣ ਦੇ ਕਾਬਲ ਵੀ ਨਹੀਂ ਹੁੰਦੇ, ਹੋ ਜਾਂਦਾ ਨਾ ਮਿਸਾਲ ਦੇ ਤੌਰ 'ਤੇ, ਇਹ ਸਿਰਫ ਅੱਗੇ ਕਰਨ ਦਾ ਮਸਲਾ ਇਹ ਹੀ ਹੈ ਕਿ ਸਿਆਲਕੋਟੀ ਅਤੇ ਕਸੂਰੀ ਇੱਥੇ ਕ੍ਰਾਸ ਕੀਤਾ ਜਾਂਦਾ ਕਿ ਕਸੂਰੀ ਕਬੂਤਰ ਜਿਹੜੇ ਨੇ ਨਾ, ਹਾਂਜੀ, ਕੋਸ਼ਿਸ਼ ਕਰਕੇ ਬਹਿੰਦੇ ਨੇ ਰਾਤ ਨੂੰ, ਅਸੀਂ ਕਹਿ ਸਕਦੇ ਤਰੀਖੇ ਕਬੂਤਰ ਨੇ ਗਰਮ ਬੁਲਾਉਂਦੇ ਆ, ਤਰੀਖੇ ਨੇ ਜ਼ਿਆਦਾ ਪਰਵਾਜ਼ੀ ਨੇ, ਸਿਆਲਕੋਟੀ ਕਬੂਤਰ ਆਕੜ ਜਾਂਦਾ ਨਹੀਂ ਪੈਂਦਾ ਕਿਉਂਕਿ ਇਹਦੇ ਉਹ ਦੌਰੇ ਫੁੱਲ ਜਾਂਦੇ ਨੇ, ਠੀਕ, ਛੱਤ 'ਤੇ ਫਿਰਦਾ ਫਿਰਦੇ ਨੇ ਲਾਈ ਭਲਾਣ ਵਾਲੀ ਫਿਰ ਰਹੇ ਨੇ ਜਨਾਬ, ਇੰਜ ਅਤੇ ਇੰਜ ਜਾ ਰਹੇ ਨੇ, ਫਿਰਦਾ ਫਿਰਦੇ ਰਹਿ ਜਾਂਦਾ ਆਪਾਂ, ਇਸ ਵਜ੍ਹਾ ਵਾਸਤੇ ਕਿ ਕ੍ਰਾਸ ਕਰਨ ਦਾ ਮਤਲਬ ਹੀ ਸਿਰਫ ਇਹ ਹੈ ਕਿ ਕਬੂਤਰ ਆਪਣੀ ਮਰਜ਼ੀ ਦਾ ਬਣਾ ਲਈਏ, ਥੋੜ੍ਹਾ ਟਾਈਮ ਲੱਗਦਾ, ਕੋਈ ਵੀ ਬੰਦਾ ਸੋਚ ਵਿਚਾਰ ਕਰ ਲਏ ਤਾਂ ਮਿਸਾਲ ਮੰਜ਼ਲ 'ਤੇ ਪਹੁੰਚ ਜਾਂਦਾ, ਜਿਹੜੀ ਕੋਈ ਥੋੜ੍ਹੀ ਬਹੁਤੀ ਕਮੀ ਰਹਿ ਜਾਂਦੀ ਹੈ, ਅਤੇ ਜਿਹੜੇ ਬੰਦੇ ਨੂੰ ਆਪ ਹੀ ਪਤਾ ਹੋਵੇ ਮਿਸਾਲ ਦੇ ਤੌਰ 'ਤੇ ਕਿਸੇ ਨੂੰ ਪੁੱਛੇ ਤਾਂ ਫਿਰ ਉਹ ਦੱਸ ਦਿੰਦਾ ਬੰਦਾ, ਬਿਲਕੁਲ, ਹੁਣ ਬਾਅਦ ਬੰਦੇ ਸਵਾਲ ਕਰਦੇ ਨੇ ਉਹਨੂੰ ਉਸਤਾਦ ਜੀ ਗੱਲ ਹੈ ਕਿ ਸਾਨੂੰ ਇਹ ਦੱਸੋ, ਮੈਂ ਯਾਰ ਜਿੰਨਾ ਕੁ ਤੁਹਾਨੂੰ ਤਜਰਬਾ ਹੈ ਨਾ, ਹਾਂਜੀ, ਉਹ ਮੈਨੂੰ ਦੱਸੋ ਨਾ ਪਹਿਲਾਂ, ਅਤੇ ਜੇ ਉਹ ਗੱਲ ਹੋਈ ਨਾ ਤਾਂ ਫਿਰ ਮੇਰਾ ਮਤਲਬ ਮੈਨੂੰ ਨਹੀਂ ਪਤਾ, ਇਹਦੇ ਤੋਂ ਹਟ ਕੇ ਗੱਲਾਂ ਹੋਣਗੀਆਂ, ਹਾਂਜੀ, ਤੁਸੀਂ ਆਪਣਾ ਤਾਂ ਇਲਮ ਦੱਸੋ ਨਾ ਕਿ ਭਾਅ ਜੀ ਮੈਂ ਇੰਨਾ ਪੜ੍ਹਿਆ, ਅਤੇ ਜੇ ਤੈਨੂੰ ਮਾਂ ਖਾ ਤੂੰ ਆ ਕੇ ਮੈਨੂੰ ਪਤਾ ਸੀ, ਬਿਲਕੁਲ ਸਮਝ ਗਏ, ਬਿਲਕੁਲ ਉਸਤਾਦ ਨਾ ਤੁਹਾਡਾ ਮਕਸਦ ਇਹ ਵੇ ਕਿ ਅੱਗੇ ਕੋਈ ਅਹਿਲੇ ਇਲਮ ਬੰਦਾ ਬੈਠਾ ਹੈ ਤਾਂ ਸਵਾਲ ਦਾ ਵੀ ਜਵਾਬ ਆਉਂਦਾ, ਗੁਫਤਗੂ ਦਾ ਵੀ, ਅਗਰ ਇੱਕ ਹੁਣ ਬੱਚਾ ਬੈਠਾ ਉਹਨੂੰ ਸਵਾਲ ਕੀ ਕਰੀਏ ਤੁਹਾਨੂੰ ਜਵਾਬ ਕੀ ਦਈਏ,
ਉਹ ਆਪਣੇ ਮਿਆਰ ਨੂੰ ਆਪਣੇ ਇਲਮ ਨੂੰ ਗਿਰਾਉਣ ਦਾ ਹਿਸਾਬ ਹੁੰਦਾ। ਇਹਦੀ ਪਹਿਲੀ ਤਰਜੀਹ ਇਹੀ ਹੈ ਕਿ ਕਬੂਤਰ ਆਪਣੇ ਛਾਣਬੀਨ ਕਰੋ, ਕਬੂਤਰਾਂ ਨੂੰ ਤੁਹਾਡੇ ਜੋੜਿਆਂ ਵਾਲੇ ਕਬੂਤਰ ਨੇ, ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਫੜ ਕੇ ਵੇਖੋ, ਵਹਿੰਦੇ ਘਰ ਬੰਦੇ ਹੀ ਵਹਿੰਦਾ ਨਾ। ਹਾਂਜੀ, ਅਤੇ ਵੇਖੋ ਤੋ ਪਤਾ ਚੱਲਦਾ ਜਾਏਗਾ ਉਹਦੇ ਹਿਸਾਬ ਦੇ, ਫਿਰ ਉਹਦੇ ਹਿਸਾਬ ਨਾਲ ਇੰਝ ਆ ਕੇ ਤੁਸੀਂ ਉਹਦੀ ਕਾਰਗਰਦਗੀ ਵੇਖ ਲਓ ਨਾ, ਉਹਦੀ ਜਦੋਂ ਇਹਦੇ ਝਾੜ ਹੋਏਗਾ ਇਹ ਚੀਜ਼ ਹੋਏਗੀ, ਕਾਰਗਰਦਗੀ ਨਹੀਂ ਹੈਗੀ। ਠੀਕ, ਉਹਦੀ ਕਾਰਗਰਦਗੀ ਕੋਈ ਨਹੀਂ ਹੈਗੀ। ਉਹ ਫਿਰ ਬੰਦਾ ਮਸਾ ਦੇ ਤੌਰ 'ਤੇ ਮਹਿਸੂਸ ਕਰੇਗਾ ਵਾ ਕਿ ਯਾਰ ਮੈਂ ਤਾਂ 20 ਸਾਲ ਤੋਂ ਭੁੱਲਿਆ ਹੋਇਆ ਅਤੇ ਭੈਣ ਜੀ ਉਹਨਾਂ ਜੋੜਿਆਂ 'ਚ ਕਿਉਂ ਰੱਖਿਆ, ਇਹ ਤਾਂ ਮੇਰੀ ਗਲਤੀ ਹੈ। ਮੈਂ ਉਸ ਅੱਜ ਬੜੇ ਅਰਸਾ ਹੋ ਗਿਆ, ਅਰਸਾ 15-20 ਸਾਲ ਤੋਂ ਮੀਡੀਆ ਦੀ ਨੁਮਾਇੰਦਗੀ ਕਰਦੇ ਹੋਏ ਹਾਂ, ਇਹ ਪਹਿਲੀ ਦਫ਼ਾ ਮੇਰੇ ਦੋਸਤ ਵੀ ਸੁਣਦੇ ਹੋਣਗੇ, ਘੱਟ ਉਸਤਾਦ ਹੁੰਦੇ ਨੇ ਜਿਹੜੇ ਇਸ ਚੀਜ਼ ਨੂੰ ਇਹ ਮੌਕਫ 'ਤੇ ਆਏ ਨੇ, ਕਿਉਂਕਿ ਪਹਿਲੀ ਦਫ਼ਾ ਹਮੇਸ਼ਾ ਉਹੀ ਗੱਲ ਲੋਕ ਇਲਮ ਦੇ ਨਾਲ ਤਰਜੀਹ ਦੇ ਨਾਲ ਸੁਣਦੇ ਨੇ, ਧਿਆਨ ਦੇ ਨਾਲ ਜਿਨ੍ਹਾਂ ਨੂੰ ਪਤਾ ਲੱਗੇ। ਇਹ ਮੈਂ ਮੇਰੇ ਤਜਰਬੇ 'ਚ ਵੀ ਪਹਿਲੀ ਦਫ਼ਾ ਗੱਲ ਹੋਈ ਹੈ, ਘੱਟ ਦੋਸਤ ਜਾਂ ਉਸਤਾਦ ਇਸ ਗੱਲ ਨੂੰ ਨੋਟਿਸ ਕਰਦੇ ਨੇ ਕਿ ਝਾੜਦਾ ਕਬੂਤਰ ਆ, ਕਬੂਤਰ ਜਿਹੜਾ ਆਪਣੇ ਬਦਨ ਦੇ ਪਰ ਝਾੜਦਾ ਹੈ। ਅਸੀਂ ਤਾਂ ਜ਼ਿਆਦਾਤਰ ਇਹ ਦੇਖਿਆ ਕਿ ਇੱਕ ਮੌਸਮ ਹੁੰਦਾ ਕਰੀਜ਼ ਦਾ, ਸਾਉਣ ਭਾਦਰੋਂ 'ਚ ਕਬੂਤਰ ਪਰ ਝਾੜਦੇ ਨੇ, ਜਾਂ ਇੱਕ ਸਿਆਲ ਦੇ ਵਿੱਚ ਵੀ ਅਕਸਰ ਆਉਂਦਾ ਵੇ, ਉਦੋਂ ਪਰ ਝਾੜਨਾ ਕਬੂਤਰਾਂ ਦਾ ਬੰਦ ਆਵੇ। ਅੱਜ ਦਾ ਕਬੂਤਰ ਵਾਰ ਵਾਰ ਮਸਲਾ, ਅੱਛਾ ਕਬੂਤਰ ਸਾਉਣ ਭਾਦਰੋਂ ਦੇ ਵਿੱਚ ਜਦੋਂ ਬੱਚਿਆਂ 'ਤੇ ਹੋਵੇਗਾ ਨਾ, ਪਾਣੀ ਝਾੜੇਗਾ। ਠੀਕ, ਜਦੋਂ ਬੱਚੇ ਪਾਲ ਲੈਣਗੇ, ਹਾਂਜੀ, ਉਹ ਦਾਣਾ ਆਪਣੇ ਆਪ ਖਾਣਗੇ, ਆਪਣੇ ਜੋਗਾ ਦਾਣਾ ਖਾਣਗੇ, ਫਿਰ ਕਰੀਜ਼ ਪੈਣਗੇ। ਠੀਕ, ਕਈ ਕਬੂਤਰ ਨੇ ਬੱਚਿਆਂ ਨੂੰ ਵੀ ਦਿੰਦੇ ਨੇ। ਹਾਂਜੀ, ਤੁਹਾਨੂੰ ਦੱਸਿਆ ਕਿ ਬਾਅਦ ਬੰਦੇ ਉਹਨੇ ਕਿ ਜਿਹੜਾ ਦਾਣਾ ਜਿਹੜੇ ਮੁੱਠ ਪਾ ਦਿੰਦੇ ਨੇ ਅਤੇ ਉਹੀ ਬੱਚਿਆਂ ਨੂੰ ਉਹਨਾਂ ਦੇਣਾ, ਬਿਲਕੁਲ ਉਹੀ ਉਹਨਾਂ ਆਪ ਰੱਖਣਾ। ਹਾਂਜੀ, ਉਹ ਫਿਰ ਕਰੀਜੇ ਕਿਉਂ ਪੈਂਦੇ ਨੇ? ਹੁਣ ਜਾਂਗਲੀ ਕਬੂਤਰ ਹੈ, ਕਿੰਨਾ ਕੁ ਉਹਨੂੰ ਦਾਣਾ ਮਯਸਰ ਹੈ, ਜਿੱਡਾ ਕੁ ਉਹ ਦਾਣਾ ਚੁੱਕਦਾ, ਸਰੋਂ ਸੁਰੋਂ ਵਗੈਰਾ ਚੁੱਕਦਾ, ਅਤੇ ਕਿੰਨਾ ਕੁ ਚੁੱਕ ਕੇ ਅਤੇ ਉਹ ਬੱਚਿਆਂ ਨੂੰ ਦਿੰਦਾ ਹੋਏਗਾ, ਉਹ 4 ਵਾਰੀ ਪੋਟੇ ਭਰ ਭਰ ਕੇ ਜਾ ਕੇ ਦਿੰਦਾ ਉਹ। ਨਹੀਂ, ਉਹ ਤਾਂ ਥੋੜ੍ਹਾ ਥੋੜ੍ਹਾ ਜਿੱਥੋਂ ਲੱਭਿਆ ਨੂੰ ਉਹਨਾਂ ਕੋਲ ਤਾਂ ਦੇ ਦਿੰਦਾ। ਹਾਂ, ਅਤੇ ਉਹ ਬੱਚੇ ਹੱਛੇ ਖਾਂਦੇ ਵੀ ਉਹਨਾਂ ਕੋਲ ਨੇ, ਇੱਥੇ ਹੁਣ ਜਾ ਆ ਜਾਵੇ ਲੱਠਿਆਂ ਥੱਲੇ ਪੜਵਾ ਦਿੰਦਾ ਕੁਝ, ਹਾਂ ਆਂਡੇ ਫੇਰ ਵੱਡੇ ਵੱਡੇ ਹੋ ਜਾਣਗੇ। ਹਾਂ, ਤੁਹਾਨੂੰ ਸੁਣਾ ਦਿਓ ਕਿ ਇਹ ਚੀਜ਼ ਹੈ, ਦਾਣਾ ਉਸ ਆ ਜਿਹੜਾ ਕਬੂਤਰ ਅਕਸਰ ਅੱਜ ਕੱਲ੍ਹ ਦੇਖਿਆ ਜੋੜੇ ਲਾਉਂਦੇ ਨੇ ਲੋਕ, ਬੱਚੇ ਜੰਮਦੇ ਜਿਹੜੇ ਬੱਚੇ ਵਾਲੇ ਹਾਂ ਛੱਤਰੇ ਛੱਡਦੇ ਹੁੰਦੇ ਨੇ, ਉਹ ਦੋ ਦੋ ਤਰ੍ਹਾਂ ਤਰ੍ਹਾਂ ਪਰ ਝਾੜ ਗਏ ਹੁੰਦੇ ਨੇ। ਅਸੀਂ ਉਹ ਕਿਸੇ ਕੰਮ ਦੇ ਬੱਚੇ ਨਹੀਂ, ਉਹ ਕੋਈ ਅੰਦਾਜ਼ਾ ਇਹ ਤੁਸੀਂ ਕਰੋ ਕਿ ਉਹ ਬੱਚਾ ਰਹੇਗਾ ਹੀ ਨਹੀਂ, ਮਤਲਬ ਪਲਦੇ ਹੀ ਬੱਚਾ ਰਹੇਗਾ ਹੀ ਨਹੀਂ ਉਹ ਬੱਚਾ। ਜ਼ਿਆਦਾਤਰ ਮੇਰੇ ਦੋਸਤਾਂ ਨਾਲ ਬੜਾ ਨਾ ਸਵਾਲ ਕਰੀਦਾ, ਉਹ ਕਹਿੰਦੇ ਨੇ ਜਦੋਂ ਬੱਚੇ ਤਗੜੇ ਸਨ ਚੰਗੀ ਭਲਾਈ ਦੇ ਵਿੱਚ ਜਿਹੜਾ ਬੱਚਾ ਹੁੰਦਾ ਉਹ ਪਰ ਝਾੜ ਹੀ ਜਾਂਦਾ, ਤੰਦਰੁਸਤੀ ਦੀ ਲਾਮਤ, ਸਿਹਤ ਦੀ ਲਾਮਤ, ਇਹ ਨੁਕਸ ਹੈ ਇੱਕ ਇਹ ਨੁਕਸ ਜਿਹੜਾ ਨਜ਼ਰਅੰਦਾਜ਼ ਕੀਤਾ ਹੈ ਲੋਕਾਂ। ਇਹ ਕਿੰਨੀ ਦੇਰ ਤੱਕ ਤੁਹਾਡੇ ਰਾਏ ਦੇ ਮੁਤਾਬਕ ਕਬੂਤਰ ਨੂੰ ਪਰ ਝਾੜਨਾ ਚਾਹੀਦਾ ਬੱਚਿਆਂ ਨੂੰ? ਗੱਲ ਇਹ ਕਿ ਇਹਦਾ ਹਾਂ ਝਾੜਦਾ ਦੂਰ ਹੈ, ਪਰ ਲੇਕਿਨ ਵਕਤ ਦੇ ਨਾਲ, ਹਾਂ ਵਕਤ ਦੇ ਨਾਲ ਮਿਸਾਲ ਦੇ ਤੌਰ 'ਤੇ ਕਬੂਤਰ ਹੋਣ ਸ਼ੁਰੂ ਕਰਦਾ, ਹੁਣ ਸ਼ੁਰੂ ਕਰਦਾ, ਤੁਸੀਂ ਹਿਸਾਬ ਲਾ ਲਓ ਕਿ ਉਹ ਸਾਉਣ ਭਾਦਰੋਂ ਤੱਕ ਮਿਸਾਲ ਦੇ ਤੌਰ 'ਤੇ ਉਹਨੇ ਕੋਈ 5-4 ਪਰ ਝਾੜ ਲੈਣੇ। ਹਾਂਜੀ, ਉਸ ਤੋਂ ਬਾਅਦ ਜੇ ਅੱਗੇ ਪਿੱਛੇ ਝਾੜਦਾ ਹੀ ਰਹੇ ਤਾਂ ਫਿਰ ਉਹ ਇਹ ਤੁਹਾਨੂੰ ਵੀ ਮਿਲਣ ਇੰਨੀ ਸੋਝ ਬੂਝ ਤਾਂ ਹੈ, ਲਾਜ਼ਮੀ ਹੁੰਦੀ ਹੈ ਕਿ ਕਬੂਤਰ ਇਧਰੋਂ ਝਾੜਦਾ ਇਧਰੋਂ ਸ਼ੁਰੂ ਕਰ ਦਿੰਦਾ, ਇਧਰੋਂ ਝਾੜਦਾ ਇਧਰੋਂ ਸ਼ੁਰੂ ਕਰ ਦਿੰਦਾ, ਉਹ ਕਦੋਂ ਬਾਜ਼ੀ ਵਾਲਾ ਕਬੂਤਰ ਹੈ ਜਾਂ ਕਦੋਂ ਬਲੀਡਰ ਕਬੂਤਰ ਹੈ? ਉਹ ਸਾਜ ਅਸੀਂ ਇਹ ਕਹਿ ਸਕਦੇ ਕਿਉਂਕਿ ਕੁਦਰਤੀ ਤੌਰ 'ਤੇ ਜਿਹੜੀ ਇੱਕ ਰੀਜਨਲ ਚੀਜ਼ਾਂ ਨੇ ਹਵਾ ਵੀ ਲਿਆਉਣਾ। ਹਾਂਜੀ, ਕੋਈ ਵੀ ਚੀਜ਼ ਉਹਨੇ ਹਿੱਲੇ ਅਤੇ ਜਿਸ ਵੇਲੇ ਇਹ ਕੁਝ ਜ਼ਿਆਦਾ ਗੋਸ਼ਤ ਗੋਸ਼ਤ ਖਾ ਲੈਂਦੇ, ਕਦੀ ਕੋਈ ਇੱਕ ਅੱਧਾ ਡੇਢ ਪਰ ਜ਼ਿਆਦਾ ਝਾੜਦੇ ਨੇ, ਬਾਕੀ ਰੋਜ਼ਮਰਾ ਦਾ ਉਹਦਾ ਨਿਜ਼ਾਮ ਚੱਲਦਾ ਰਹਿੰਦਾ। ਜੇ ਨਿਜ਼ਾਮ ਨਾ ਚੱਲੇ ਤੇਲ ਨੂੰ ਉੱਥੇ ਤੁਸੀਂ ਦੇਣ ਜਾਣਾ, ਖੁਰਾਕ ਦੇਣ ਜਾਣਾ, ਲਓ ਜੀ ਖਾਓ ਜੀ, ਆਹ ਤੁਸੀਂ ਮਹਿਮਾਨ ਸਾਡੇ ਦਾ ਫੜੋ ਖਾਓ। ਬਿਲਕੁਲ, ਯਾਨੀ ਕਿ ਉਹਦਾ ਜ਼ਿੰਦਗੀ ਦਾ ਜਿਹੜਾ ਨਿਜ਼ਾਮ ਇਹਨੂੰ ਚੱਲਦਾ ਰਹਿੰਦਾ ਨਾ। ਅਗਰ ਉਹ ਸਾਰੇ ਝਾੜਦਾ ਵੇਲ ਤਾਂ ਉੱਡੇ ਕਿੱਥੋਂ, ਖਾਏ ਕਿੱਥੋਂ? ਹਾਂ, ਕਾਂ ਦਾ ਵੀ ਹਿਸਾਬ ਤਾਂ ਰੀਜਨਲ ਜਾਨਵਰ ਅਸਲ ਇਹ ਹੀ ਨੇ, ਕੁਦਰਤੀ ਜਾਨਵਰ। ਹਾਂ, ਕੁਦਰਤੀ ਜਿਹੜੇ ਜਾਨਵਰ, ਬਾਕੀ ਤਾਂ ਇਨਸਾਨ ਦੀ ਬਤਾਇਆ ਇਹਨੇ ਪੈਦਾਵਾਰ, ਇਨਸਾਨ ਨੇ ਇਹਨਾਂ ਕਬੂਤਰਾਂ ਦਾ ਸੱਤਿਆ ਨਾਸ ਕਰ ਛੱਡਿਆ, ਪਤਾ ਨਹੀਂ ਕੀ ਵਾੜ ਛੜਿਆ ਅੱਖਾਂ ਦੇ ਵਿੱਚ, ਕੀ ਵਾੜ ਛੜਿਆ। ਹੁਣ ਅਸਲ ਤਾਂ ਗੱਲ ਇਹ ਕਿ ਕਬੂਤਰ ਜਿਹੜੇ ਜਿਹੜਾ ਇਸ ਕਿਸਮ ਦਾ ਕਬੂਤਰ ਹੈ ਤਾਂ ਪਰ ਹੀ ਨਹੀਂ ਸੱਚਾ ਹੁੰਦਾ, ਜਲਦੀ ਆਪਣੇ ਪਰ ਝਾੜ ਕੇ ਵਕਤ ਤੋਂ ਪਹਿਲਾਂ ਇਹ ਗੌਰ ਕਰਨ ਨਾਲ ਪਤਾ ਲੱਗਦਾ। ਠੀਕ, ਇਹ ਗੌਰ ਕਰਨ ਨਾਲ ਪਤਾ ਲੱਗਦਾ ਮਿਸਾਲ ਦੇ ਤੌਰ 'ਤੇ ਕਿ ਗੌਰ, ਚਲੋ ਇੱਕ ਗੱਲ ਨੂੰ ਤੁਹਾਨੂੰ ਦੱਸੀ ਜਾਏ ਨਾ ਕਿ ਆਹ ਗੱਲ ਛੋਟੀ ਜਿਹੀ, ਤੁਸੀਂ ਤਹਿ ਤੱਕ ਲੋਕ ਆਪ ਹੀ ਪਹੁੰਚ ਜਾਂਦੇ। ਬਿਲਕੁਲ, ਵੇਖਣਾ ਕਿੰਨੇ ਦੋਸਤ ਸੁਣਦੇ ਨੇ ਪਏ। ਹਾਂਜੀ, ਮੇਰੇ ਖਿਆਲ ਦੇ ਨਾਲ ਉਹ ਬੜੀ ਇਹ ਚੀਜ਼ ਨੂੰ ਗੌਰ ਦੇ ਨਾਲ ਸੁਣਦੇ ਨੇ, ਬਲਕਿ ਅੱਗੋਂ ਆਪਣੇ ਪ੍ਰੈਕਟੀਕਲ 'ਚ ਵੀ ਲੈ ਕੇ ਆਉਣਗੇ ਕਿ ਫਲਾਂ ਉਸਤਾਦ ਸਨ ਗੁਜਰਾਂਵਾਲਾ ਦੇ, ਮੈਂ ਉਸ ਅੱਜ ਤੁਹਾਡੇ ਮੁਤਲਕ ਸੁਣਿਆ ਸੀ ਕਿ ਉਹ ਤੁਸੀਂ ਜੋੜਾ ਲਾਉਂਦੇ ਹੋ, ਕਾਫੀ ਅਰਸਾ ਪਹਿਲਾਂ ਦੀ ਗੱਲ ਹੈ, ਤੇ ਮੈਨੂੰ
ਇਸ਼ਤਿਆਕ ਵੀ ਹੈ ਸੀ ਜਦੋਂ ਉਸਤਾਦ ਜੀ ਮਿਲਣਗੇ ਤਾਂ ਉਹਨਾਂ ਨਾਲ ਗੱਲ ਕਰਾਂਗੇ ਕਿ ਉਸਤਾਦ ਅਰਸ਼ਾ ਸਾਹਿਬ ਜੋੜਾ ਲਾਉਂਦੇ ਨੇ ਅਤੇ ਉਹ ਬੱਚਾ ਪਰ ਝਾੜਦੇ ਨੇ, ਸਮਝੋ ਕਿ ਤਿੰਨ ਤਿੰਨ ਚਾਰ ਚਾਰ ਮਹੀਨੇ ਬਾਅਦ ਇੱਕ ਪਰ ਫੁੱਟਦਾ, ਇਹ ਕਿਆ ਵਾਕਈ ਹਕੀਕਤ ਇਸ ਗੱਲ 'ਚ? ਪਰਵਾਹ ਪੈ ਜਾਂਦਾ ਨੇ ਪਰ ਨੇ ਚਾੜਨਾ, ਫਿਰ ਉਹ ਇੰਜ ਹੀ ਲੱਗਦਾ ਕਿ ਜਿਵੇਂ ਦਸਤੀ ਦੇ ਹੋ ਗਏ ਨੇ ਬੱਚੇ। ਹਾਂਜੀ ਬਿਲਕੁਲ, ਬੱਚਾ ਸਿਆਣਾ ਹੁੰਦਾ, ਤਜਰਬੇਕਾਰ ਹੋ ਜਾਂਦਾ, ਤੇ ਉਹਨੇ ਬੱਚਾ ਹੁੰਦਾ ਸੱਤ ਪਰ ਦਾ ਹੁੰਦਾ, ਤੇ ਉਹਨੇ ਭਾਜੀ ਦਸਤੀ ਸਾਫ ਹੈ ਬੱਚਾ। ਬਿਲਕੁਲ, ਦੋ ਪਰ ਦਾ ਹੁੰਦਾ ਤੇ ਉਹ ਦਸਤੀ ਸਾਫ ਲੱਗਦਾ, ਕਿਉਂਕਿ ਉਹਦੀ ਉਮਰ ਵੱਲੋਂ ਵੇਖ ਕੇ ਜਸਾਮਤ ਵੱਲੋਂ ਇਹ ਬੱਚੇ ਉੱਠਦੇ ਨੇ, ਕਿਉਂਕਿ ਅਕਲ ਉਹਨਾਂ ਦੀ ਵੱਡੀ ਹੋ ਜਾਂਦੀ ਹੈ। ਤੇ ਮਾਸੂਮ ਬੱਚੇ ਉਹਨਾਂ ਕੀ ਉੱਠਣਾ ਬਸ, ਜਿਹੜਾ ਕਬੂਤਰਾਂ ਨੇ ਆਪ ਹੀ ਪਰ ਸੱਠ ਲੈਣੇ, ਹਾਲੇ ਉਮਰ ਇੰਨੀ ਹੋਇਆ ਕੋ ਨਹੀਂ, ਉਹ ਪਰ ਛੇ ਪੰਜ ਪੰਜ ਛੇ ਛੇ ਸੁੱਟ ਵੀ ਜਾਂਦੇ ਨੇ। ਆਹ ਤੇ ਉਹ ਨਹੀਂ ਨਾ ਉਹਦੇ ਹਿਸਾਬ ਦੇ, ਉਹ ਬੜੀ ਵੱਡੀ ਖਾਮੀ ਹੈ ਉਹਨਾਂ ਦੀ। ਕੋਈ ਵੀ ਬੰਦਾ ਜਿਹੜਾ ਸਮਝਦਾ ਹੈ ਐਡਾ ਤੇ ਮਿਸਾਲ ਦੇ ਤੌਰ ਤੇ ਸਮਝਾਉਣ ਦੀ ਜ਼ਰੂਰਤ ਵੀ ਨਹੀਂ, ਕਿਉਂਕਿ ਇੱਕ ਇਸ਼ਾਰਾ ਹੀ ਹੈ। ਹਾਂਜੀ, ਉਸ ਹਿਸਾਬ ਨਾਲ ਉਹ ਚੀਜ਼ ਦੇ ਉੱਤੇ ਵੇਖਣ, ਆਪਣਾ ਜਾਇਜ਼ ਨਜਾਇਜ਼ ਜਾਂ ਸਹੀ ਤਰੀਕੇ ਨਾਲ ਵੇਖਣ ਕਿ ਆਹ ਗੱਲ ਹੈ ਸਾਨੂੰ ਸਹੀ ਹੈ ਜਾਂ ਗਲਤ ਹੈ। ਉਹਦੀ ਅਸਲ ਵਜ੍ਹਾ ਇਹ ਹੈ ਕਿ ਉਹ ਜਿਸ ਵੇਲੇ ਇਸ ਪਾਸੇ ਆਉਣਗੇ ਨਾ, ਤਾਂ ਫਿਰ ਉਹਨਾਂ ਨੂੰ ਪਤਾ ਲੱਗੇਗਾ ਕਬੂਤਰਬਾਜ਼ੀ ਕੀ ਹੈ। ਬਿਲਕੁਲ, ਉਹ ਇਸ ਚੀਜ਼ ਨੂੰ ਵਾਕਈ ਤਰਜੀਹ ਦੇਣਗੇ ਕਿ ਵਾਕਈ ਹੀ ਸਹੀ ਹੈ ਗੱਲ, ਕਿ ਸਾਡੀ ਇਹ ਗਲਤੀ ਹੈ ਕਿ ਅਸੀਂ ਇਹ ਕਬੂਤਰ ਵਿੱਚ ਪਾਏ ਨੇ ਅਤੇ ਕਿਉਂ ਪਾਏ ਨੇ, ਨਹੀਂ ਦੇਣ ਇਹਨਾਂ ਨੂੰ ਇਨਕਾਰ ਕਰ ਦਈਏ ਕੋਈ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਲੀਲਾ ਵਿੱਚ ਹੋ ਸਕਦਾ ਗੱਲ ਨਾ ਹੋਵੇ। ਉਹ ਆਉਂਦੇ ਨੇ ਬੜਾ ਚੰਗਾ ਜੀ ਆ, ਮੇਨ ਨਜ਼ੀਰ ਦੇ ਘਰ ਦਾ ਜੀ ਆ, ਫਲਾਣੀ ਜਗ੍ਹਾ ਤੋਂ ਆਇਆ, ਫਲਾਣੀ ਜਗ੍ਹਾ ਤੋਂ ਆਇਆ, ਫਲਾਣੀ ਜਗ੍ਹਾ ਤੋਂ ਆਇਆ, ਬਹੁਤ ਅੱਛਾ ਕਬੂਤਰ ਇਹਨੂੰ ਬੱਚੇ ਅੱਜ ਤਾਂ ਨਹੀਂ। ਉਹ ਨਹੀਂ ਮਸਲਾ, ਮਸਲਾ ਇਹ ਕਿ ਕੁਦਰਤੀ ਜਿਹੜਾ ਲੈਵਲ ਹੈ ਨਾ ਉਹਦੇ ਮੁਤਾਬਕ ਹੋਣਾ ਚਾਹੀਦਾ ਕਬੂਤਰ। ਹਾਂਜੀ, ਅਤੇ ਕੁਦਰਤ ਇਜ਼ਾਰ ਨੇ ਜਿਸ ਇਹਨੂੰ ਸਖਤ ਦਿੱਤੀ ਉੱਡਣ ਦੀ ਜਾਂ ਉੱਡਦਾ, ਪਾਵਰਫੁੱਲ ਕਬੂਤਰ ਹੈ, ਉਹਦੀ ਮਤਲਬ ਉਹਦੇ ਬਿਨਸ ਨੂੰ ਵੇਖ ਲਓ ਕਿ ਕਬੂਤਰ ਨੂੰ ਕਿਵੇਂ ਪਰ ਝਾੜਨਾ ਚਾਹੀਦਾ, ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ। ਤੁਹਾਡਾ ਸਾਜ ਜਿਹੜਾ ਇੰਨੇ ਗੁਫਤਗੁ ਮੌਕਾ ਫਿਰ ਲੈ ਸਕਦੇ ਹਾਂ।